तू चंगी करी मेरे नाल हो की हो गया हैं की हो गया मैं नुकसान करा दा मेरा दादा मैं की कराया ਮੈਂ ਕੀ ਕਰੀ ਜਾਣਾ ਮੈਂ ਕੀ ਕਰਨਾ ਮੈਂ ਕੀ ਕਰਨਾ ਕੁਝ ਨਹੀਂ ਕਰਦਾ ਕੰਮ ਕਰ ਲੈਂਦੇ ਮੈਨੂੰ ਨਾ ਨਾ ਕੁਝ ਨਹੀਂ ਕਰਦਾ ਆ ਕੀ ਆ ਆਹ ਉਹਦੇ ਕਿਤੇ ਪਿੰਡ ਹੈ ਉਹ ਕੀ ਹੋ ਗਿਆ ਰੋਕ ਲਿਆ ਇੱਕ ਮਿੰਟ ਆਇਆ ਹੈ ਹਾਂ ਅੱਛਾ ਮੈਂ ਕੀ ਕੰਮ ਕਰੇ ਜਾ ਕੀ ਕਰ ਲੈਂਦਾ ਹੁਣ ਹੈ ਆਹ ਕਿੱਥੇ ਲਾ ਕੇ ਆਏ ਆਪਾਂ ਡੱਬੇ ਲਾ ਕੇ ਆਂਦਾ ਨਾ ਉਹ ਕੀ ਕਹਿੰਦਾ ਸੀ ਕੀ ਚ ਜਾਊਗਾ ਦਿੱਲੀ ਦੇ ਸਾਬਰ ਸਾਬਰ ਨਾ ਮੈਨੂੰ ਐ ਨਹੀਂ ਸਮਝ ਆਉਂਦੀ ਹਾਂ ਪਾਇਆ ਲਾ ਕੇ ਭੱਦੜ ਤੇ ਆਇਆ ਉੱਥੇ ਕਿਵੇਂ ਵਗ ਗਿਆ ਦਿੱਲੀ ਉਹ ਤਾਇਆ ਇਹਨਾਂ ਦਾ ਕੰਟੈਕਟ ਹੁੰਦਾ ਅੱਗੇ ਦੀ ਅੱਗੇ ਤਾਂ ਵਗ ਜਾਂਦਾ ਉੱਥੇ ਅੱਛਾ ਹਾਂ ਇਹਨੂੰ ਨਾਲ ਐਡੀ ਕੀ ਅੱਛ ਵੀ ਲੱਗ ਰਹੀ ਹੈ ਤੂੰ ਮੈਨੂੰ ਐ ਦੱਸ ਹਾਂ ਪਤਾ ਹੈਗਾ ਜੋ ਲੱਗੂ ਵੀ ਆਪਣਾ ਨੰਬਰ ਆ ਗਿਆ ਮੈਂ ਤਾਇਆ ਤੈਨੂੰ ਆਪੇ ਦੱਸ ਦੂੰ ਕੱਢ ਕੇ ਸਵੇਰੇ ਆ ਜੂ ਤੈਨੂੰ ਆਪੀ ਦੱਸ ਦੂੰ ਇੰਨੀ ਅੱਛ ਵੀ ਨਾ ਲਾਇਆ ਕਰ ਲਾਹੀ ਦੀ 4500 ਉਹੀ ਲਾਇਆ ਮੈਂ ਘਬਰਾਹਟ ਤਾਂ ਹੁੰਦੀ ਹੈ ਹੈ ਨਾ ਤਾਂ ਤੂੰ ਨਾਲ ਇਹ ਜੇ ਕੰਮਾਂ ਦੇ ਕਿੰਨੀ ਕਿਨੇ ਪਾਦਾ ਤੈਨੂੰ ਮੁੱਤਿਆ 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 ਤੂੰ ਤੇ ਹੁਣ ਦੇ ਤੂੰ ਮੈਨੂੰ ਤੜਕੇ ਲੈ ਨਹੀਂ ਪਤਾ ਤੂੰ ਕੱਟਾ ਜਾਂ ਇੱਥੇ ਵਾਲਾ ਹੋ ਗਿਆ ਆਏ ਹਾਏ ਆਹ ਮੁੱਤਿਆ ਭਾਈ थले डेग लिया लाया तू खड़ जा इकड़े का पाया पिटे पिट कुटी ऐ करी गया ਗੁੱਝੀਆਂ ਮਾਰੀਆਂ ਮਾਰ ਗਿਆ ਉੱਠਦਾ ਆ ਕਿਤੇ ਸਾਲਾ ਕੋਈ ਤੋਂ ਬਾਰੇ ਸਿੱਟ ਲਈ ਉੱਠ ਜਾ ਕੱਟ ਕਿਤੇ ਲੈ ਕੇ ਗਏ ਕੁਛ ਪਤਾ ਨਹੀਂ ਲੱਤ ਠੀਕ ਨਹੀਂ ਭੈਣ ਚੋਦੀ ਇੱਕ ਤਾਂ ਬੌਲਾ ਜਾਂਦੀ ਖੁਸ਼ਿਆ ਹੀ ਗਈ ਗਿਆ ਬੈਠੇ ਬਿੱਟ ਕੁੱਟੀ ਚੱਲ ਬੈਠ ਤਾਇਆ ਘਰੇ ਚੱਲੀਏ ਮੈਂ ਸਾਣੀ ਆ ਰਿਹਾ ਇਹ ਜਦੋਂ ਸਾਣਾ ਦਾ ਕੀ ਪਤਾ ਇਹ ਰਾਜੇ ਕੋਈ ਦਲਵੀਰੇ ਕੋਲ ਲੈ ਆ ਮੈਨੂੰ ਲੈ ਜਾਣਾ ਪੱਲੀ ਦਾ ਚੱਕਲਾ ਕੰਮ ਆਜੂ ਭੈਣ ਮਰ ਗਈ ਪੱਲੀ ਹੋਰ ਪੱਲਣ ਬਣ ਜਾਂਦਾ
ਮੈਂ ਕਿਸੇ ਦਾ ਕੀ ਮਾੜਾ ਕਰਤਾ ਸੀ ਸਰਪੰਚਾ ਪਟਿਆਲਾ ਸਾਈ ਬੰਨ ਕੇ ਗਿਆ ਸੀ ਮਾਰ ਮਾਰ ਕੁੱਦ ਕੇ ਭਾਇਆ ਦਾ ਜਾਖਲ ਸਾਈ ਕਰਤੀ ਕੋਈ ਨਾ ਮੈਂ ਨਾ ਪਿੰਡ ਦੇ ਸਰਪੰਚ ਨੂੰ ਲੈ ਕੇ ਜਾਣਾ ਨਾਲ ਹੈ ਉਹਨੂੰ ਨਾ ਕਹਿ ਕੇ ਥਾਣੇ ਜਾ ਕੇ ਸਾਰੀ ਕਾਰਵਾਈ ਕਰਾਉਂ ਐਂਦਾ ਬਈ ਅਗਲਾ ਕੱਲ ਨੂੰ ਹੋਰ ਨੂੰ ਹੱਥ ਪਾਲੂ ਹੈ ਤੂੰ ਵੀ ਗੰਜਰ ਦੇ ਨਾਂ ਦੀ ਸਰਪੰਚ ਆ ਉਹ ਫਿਰ ਹੁਣ ਤਾਂ ਤੁਸੀਂ ਪਕਾ ਰੱਖਿਆ ਨਾਂ ਇੱਕ ਤਾਂ ਭੈਣਾ ਇਹ ਗਈਗਾ ਪਿੱਠੇ ਪਿੱਠ ਕੁੱਟੀ ਭੈਣ ਚੋਦੀ ਥੱਲੇ ਵੀ ਨਹੀਂ ਲੱਗਦੀ ਓਏ ਸਰਾਣਾ ਮੰਗਾ ਦੇ ਮੜਾ ਜਾ ਭੈਣ ਪਾਣੀ ਪੀ ਲੈ ਲੈ ਤਾਇਆ ਤੂੰ ਪਹਿਲਾਂ ਪਾਣੀ ਪੀ ਲੈ ਆ ਸਰਾਣਾ ਲੈ ਕੀ ਮਾੜਾ ਕਰਤਾ ਕਿਸੇ ਦਾ ਪਤਾ ਲੱਗਿਆ ਬੰਦੇ ਕੌਣ ਸੀ ਆਹ ਉਹ ਪੱਲੀ ਬਾਲੀ ਮੇਰੇ ਦਾ ਹਾਏ ਮੈਂ ਤਾਂ ਮੂੰਹ ਕਰੀ ਬੈਠਾ ਸੀ ਮੂਹਰੇ ਪੱਲੀ ਪਾਲੀ ਨਸ਼ੇੜੀਆਂ ਦੇ ਹਾਲ ਨੇ ਸਰਾਣਾ ਲਿਆ ਕੇ ਦਿਓ ਜੀ ਸਰਾਣਾ ਲਿਆ ਦੇ ਉਹ ਪਾਣੀ ਵੀ ਨਹੀਂ ਲੱਗਦਾ ਓਏ ਕੋਈ ਨਾ ਤਾਇਆ ਤੂੰ ਪੀ ਲੈ ਜਿੰਨਾ ਕੁ ਪੀਤਾ ਜਾਂਦਾ ਲੱਗਦੀ ਨਹੀਂ ਥੱਲੇ ਸਰਾਣਾ ਲਿਆ ਦੇ ਆ ਲੈ ਲੈ ਜਾ ਲੈ ਲੈ ਸਰਾਣਾ ਕੱਟ ਜਾ ਕੱਟ ਜਾ ਦੇਖ ਠੀਕ ਆ ਹੁਣ ਅਜੇ ਕਿਤੇ ਠੀਕ ਆ ਬਈ ਬਾਲੀਆਂ ਮਾਰੀਆਂ ਬਾਈ ਇਹਦਾ ਮੈਨੂੰ ਵੀ ਨਹੀਂ ਪਤਾ ਲੱਗਿਆ ਨਾ ਰੌਲਾ ਪਾਇਆ ਜਦੋਂ ਉਹਦੀ ਪਤਾ ਲੱਗਿਆ ਜੈਖਾਣਿਆਂ ਨੇ ਇਹ ਵੀ ਨਾ ਦੇਖਿਆ ਵਿਚਾਰੀ ਦੀ ਲੱਤ ਪਹਿਲਾਂ ਟੁੱਟੀ ਪਈ ਆ ਬਾਹ ਇਹਦੀ ਟੁੱਟੀ ਪਈ ਆ ਲੱਤੇ ਤੋੜਦਾ ਇਹਨਾਂ ਮੈਂ ਦਾ ਪਿੱਠ ਤੀ ਮਰੀ ਗਿਆ ਬਈ ਦਲਵੀਰਾ ਕਿੱਥੇ ਹੈਗਾ ਮੈਂ ਕਹਿੰਦਾ ਬੈਟਰੀ ਘੜੀ ਵੀ ਔਖਾ ਹੂੰ ਉਹਨੂੰ ਲੈ ਫੋਨ ਲਾ ਮਾ ਬੁਲਾ ਦੋ ਦਲਵੀਰੇ ਨੂੰ ਮੈਂ ਜਾ ਕੇ ਆਉਣਾ ਤਾਇਆ ਖਬਰ ਆ ਕਿੱਥੇ ਹੂ ਉਹਦਾ ਕਿਹੜਾ ਪਤਾ ਲੱਗਦਾ ਮੈਂ ਜਾ ਕੇ ਆਉਣਾ ਤਾਇਆ ਤੂੰ ਐ ਦੱਸ ਤੈਨੂੰ ਜੂਸ ਦੱਸ ਲਿਆ ਕੇ ਲਿਆ ਦੇ ਜੂਸ ਦੱਸ ਲਿਆ ਕੇ ਦਮਾ ਹਾਂ ਮੈਂ ਲੈ ਕੇ ਆਉਣਾ ਬਣਾ ਦੀ ਤੂੰ ਹੈ ਚਾਹ ਪਾਣੀ ਜਿਹੜਾ ਵੀ ਮੰਗੂ ਤਾਇਆ ਦੇ ਦੀ ਇਹਨੂੰ ਮੈਂ ਦਲਵੀਰੇ ਨੂੰ ਭਾਲ ਕੇ ਲਿਆ ਚੋ ਪਾ ਕੇ ਦੇ ਭਾਈ ਥੋੜੀ ਜੀ ਤਾੜ ਦੇ ਹੋਰ ਫਿਰ ਤੂੰ ਮੈਂ ਨਾਲ ਬੜਾ ਹੀ ਅੱਛਾ ਵਧੀਆ ਪੜਦਾ ਮੁੰਡਾ ਇਹ ਤੇ ਐਂ ਕਹਿੰਦਾ ਸੀ ਮੈਂ ਮੇਰੀ ਗੱਲ ਸੁਣੋ ਮੈਂ ਹੁਣ ਤਾਂ ਨਹੀਂ ਉੱਠਦਾ ਹੈਗਾ ਸਰਪੰਚ ਸਾਇੰਸ ਕਹਿੰਦਿਆ ਵੀ ਹੁਣ ਨਹੀਂ ਉੱਠਣਾ 2 ਮਹੀਨੇ ਪੈ ਬਹੁਤ ਗਈਆਂ ਆਪਾਂ ਟੱਕ ਟੁੱਕ ਤਾਂ ਨਹੀਂ ਮਾਰਿਆ ਕੋਈ ਆਪਾਂ ਤਾਂ ਉਹਦੇ ਗੁੱਜੀ ਮਾਰੀ ਨੇ ਅੰਦਰ ਖੂਨ ਡਿੱਗੂ ਉਹਦੇ ਬਸ ਹੁਣ ਨੀ ਆਪਾਂ ਲੜਦੇ ਹੁਣ ਇੱਕ ਬੰਦਾ ਹੋਰ ਹੈ ਉਹ ਵੀ ਖੜਕਾ ਦਾਂਗੇ 2 ਬੈਰੀ ਨੇ ਆਪਣੇ ਬਾਕੀ ਸਾਰੀ ਦੁਨੀਆਂ ਨੂੰ ਆਏ ਬਿਨਾ ਪੁੱਛੀ ਕੱਢ ਗਈ ਮੈਨੂੰ ਨਾਂ ਦੱਸਿਆ ਉਹਨੇ ਹੱਥ ਡਾਇਆ ਮੈਂ ਗੇੜੀ ਉਹਦਾ ਬੈਰਲ ਥਾਣੀ ਹੱਥ ਪਾਤਾ ਮੈਂ ਇੱਥੇ ਹੱਥ ਰੱਖ ਮੈਂ ਕਿਵੇਂ ਪੂਰੀ ਲੱਕੜਾ ਮੰਗਿਆ ਕਦੀ ਹਾਂ ਮੈਂ ਰੱਖਿਆ ਮੈਂ ਜਾਗ ਨਾ ਮਾਈ ਲੋ ਇੱਕ ਬੂਟਰ ਵਾਲਾ ਬੈਠਿਆ ਫਿਰ ਮੈਂ ਇੰਨੀ ਰਾਤੀ ਉਹਦੀ ਉਂਗਲ ਫਿਰ ਹੁਣ ਪਲਕਾਰ ਵੀ ਪੈਣ ਡਰਦੀ ਉਹਦੀ ਸਹੇਲੀ ਚਲਾਉਣੀ ਹੁੰਦੀ ਸੀ ਉੱਥੇ ਕਰਦੇ ਸੀ ਨਾ ਪਹਿਲੇ ਦਿਨ ਉਹ ਕੀਤਾ ਧਾਤੂ ਬਣਿਆ ਰਿਹਾ ਪਹਿਲੇ ਦਿਨ ਉਹ ਗੱਗੀ ਆ ਮੈਂ ਉਹ ਹਥਿਆਰ ਨਹੀਂ ਜਿਹੜੇ ਇਹ ਕਿਵੇਂ ਉਹਨੂੰ ਪਤਾ ਤਾਂ ਨਹੀਂ ਲੱਗਿਆ ਵੀ ਆਪਾਂ ਕੁੱਟਿਆ ਪ੍ਰਾਹੁਣਾ ਜਮੀ ਸਹੀ ਸਲਾਮਤ ਚੈੱਕ ਕਰਦਾ ਮੈਂ ਤਾਂ 3 ਚੰਦਰ ਲੰਘਾ ਤੀ ਗੱਲ ਕਰ ਕਹਿੰਦਾ ਮਾਸਟਰ ਮੈਂ ਤੜਕੀ ਜਾਊਂਗਾ ਬਾਈ ਮੈਂ ਕੁਛ ਵੀ ਨਹੀਂ ਕਿਹਾ ਮੈਂ ਜਾਣਾ ਮੈਂ ਬੱਸ ਚੜ੍ਹ ਕੇ ਬੱਸ ਹੁਣ ਜਾ ਰਿਹਾ ਸੀ ਮੈਂ ਤਾਂ ਕੋਈ ਨਾ ਬਾਈ ਬਗ ਜੀ ਤੂੰ ਘਰੇ ਬਗ ਜਾ ਨਾਲੇ ਬਾਹਰ ਫਿਰੀ ਜਾਂਦਾ
ਸਾਡੇ ਘਰੇ ਕਿਵੇਂ ਆਇਆ ਤੂੰ ਪਹਿਲਾਂ ਮੈਨੂੰ ਐਂ ਦੱਸ ਤੇਰਾ ਹੱਕ ਕੀ ਹੈ ਸਾਡੇ ਘਰੇ ਆਉਣ ਦਾ ਓਏ ਹਰ ਵਾਰੀ ਨਾ ਤੂੰ ਸ਼ੱਕ ਕਰਿਆ ਕਰ ਜਾ ਕੇ ਪੈ ਨੂੰ ਸਾਂਭ ਲੈ ਕੀ ਹੋ ਗਿਆ ਉਹਨੂੰ ਜੰਨਾ ਬਾਹਰ ਡੰਡੇ ਵਜਾਉਂਦਾ ਲੋਕਾਂ ਦੇ ਲੱਤ ਟੁੱਟੀ ਆ ਕੀ ਹੋਇਆ ਉਹਨੂੰ ਲੱਤ ਟੁੱਟੀ ਆ ਤੈਨੂੰ ਪਤਾ ਵੀ ਹੈ ਕਿਸੇ ਗੱਲ ਦਾ ਕਟਾਪਾ ਕਰਤਾ ਉਹਦਾ ਕਿਸੇ ਨੇ ਕਿਹਨੇ ਕਰਤਾ ਨਸ਼ੇੜੀ ਟੱਕਰ ਗਿਆ ਉੱਥੇ ਨਹਿਰ ਤੇ ਸਾਨੂੰ ਮੈਂ ਤਾਂ ਪਰਾਂ ਪਿਸ਼ਾਬ ਕਰਨ ਉਤਰ ਗਿਆ ਹਾਂ ਉਹਦਾ ਕਟਾਪਾ ਕਰਤਾ ਕਿਸੇ ਨੇ ਉਹਦੇ ਪਾਲੀ ਪੱਲੀ ਉਹਦਾ ਦੇਹ ਥਾਪੜਾ ਲੈ ਥਾਪੜਾ ਗੁੱਜੀਆਂ ਸੱਟਾਂ ਮਾਰੀਆਂ ਨੇ ਉੱਥੇ ਜਾ ਕੇ ਸਾਂਭ ਲੈ ਚਾਚੇ ਦੇ ਆਹੋ ਚਾਚੇ ਦੇ ਕਿਵੇਂ ਕਰੇ ਤਾਇਆ ਨਾਲੇ ਚਾਚਾ ਚਾਚਾ ਮੇਰੀ ਕਿਵੇਂ ਕਰੇ ਕਿਵੇਂ ਕਰੇ ਕਰਤਾ ਪੱਲੀ ਪਾ ਕੇ ਕੁੱਟਿਆ ਉਹਦਾ ਪੂਰਾ ਧਰ ਕੇ ਗੁੱਜੀਆਂ ਮਾਰੀਆਂ ਉਹਦੇ ਉਹਦਾ ਜੇ ਨਾ ਪੱਗ ਬੰਨੀ ਹੁੰਦੀ ਤਾਂ ਸਿਰ ਪਾੜ ਦਿੰਦੇ ਤੂੰ ਕਿੱਥੇ ਉਹ ਮੈਂ ਵੀ ਉੱਥੇ ਦੀ ਮੈਂ ਪਿਸ਼ਾਬ ਕਰਨ ਗਿਆ ਹੋਇਆ ਸੀ ਮੈਂ ਤਾਂ ਕੂਕ ਰੌਲਾ ਹੀ ਸੁਣਿਆ ਮੇਰੇ ਜਾਂਦੇ ਨੂੰ ਤਾਂ ਭੱਜ ਗਏ ਸੀ ਉਹ ਮੈਂ ਜਾ ਕੇ ਉਹਨਾਂ ਸਰਪੰਚ ਲਵੇ ਪਿੰਡ ਦੇ ਲਵੇ ਕਾਰਵਾਈ ਕਰਦੇ ਐਂ ਨਹੀਂ ਲੋਟ ਆਉਂਦਾ ਕੰਮ ਐਂ ਤਾਂ ਕੱਲ੍ਹ ਨੂੰ ਕਿਸੇ ਨੂੰ ਵੀ ਸਿੱਟ ਸਕਦਾ ਅਗਲਾ ਮੈਂ ਵਗ ਜਾ ਘਰੇ ਟਾਈਮ ਨਾਲ ਊਂ ਤਾਂ ਇੱਕ ਗੱਲ ਹੈ ਸਾਲਾ ਜੀ ਜਿਹੜਾ ਕੰਮ ਹੁੰਦਾ ਹੈਗਾ ਚੰਗੇ ਨਹੀਂ ਹੁੰਦਾ ਇੱਕ ਐਂਟੀ ਇਹ ਹੈ ਬਸ ਇੱਕ ਸਰਪੰਚ ਹੈ ਇੱਕ ਦਾਦਾ ਫੈਂਟਾ ਸਮਝੋ ਲੈ ਗਿਆ ਵੀਡੀ ਉੱਤਰ ਗਈ ਬਸ ਸਰਪੰਚ ਰਹਿ ਗਿਆ ਮੈਂ ਇਹ ਕਹਿੰਦਾ ਤੀਗਾ ਅਤੇ ਹੋ ਕਿਵੇਂ ਗਿਆ ਚਾਂਸ ਨਹੀਂ ਹੋ ਜਾਣੇ ਮੈਂ ਗੱਗੀ ਦਾ ਵਾਰ ਤਾਂ ਕਦੇ ਖਾਲੀ ਗਿਆ ਨਹੀਂ ਹੁਣ ਸਰਪੰਚ ਜਾਂਦਾ ਹੈਗਾ ਉਹਦੇ ਲਵੇ ਸਰਪੰਚ ਲਵੇ ਨਹੀਂ ਇਹ ਸਰਪੰਚ ਨਹੀਂ ਗਿਆ ਹੈ ਕਹਣਾ ਸਰਪੰਚ ਇਹਦਾ ਨਾਂ ਦੀ ਸਰਪੰਚ ਆਇਆ ਇਹਦਾ ਯਾਰ ਵੋਟਾਂ 'ਚ ਖੜਾ ਹੋਇਆ ਤੀ ਦੋ ਵੋਟਾਂ ਪਈਆਂ ਜਿਹਨੂੰ ਤਾਂ ਹਾਂ ਇੱਕ ਇਹਦੀ ਪਈ ਤੀ ਆਪਦੀ ਇੱਕ ਇਹਦੀ ਬੀਬੀ ਦੀ ਤੀ ਇਹਦਾ ਬਹੂ ਨੇ ਵੀ ਨਹੀਂ ਪਈ ਹੈਗੀ ਇਹਨੂੰ ਹਾਂ ਇਹ ਤਾਂ ਐਂ ਕਰਕੇ ਨਾਂ ਦੀ ਹੁਣ ਉਹਦੇ ਜਿਹੜਾ ਅਸਲੀ ਸਰਪੰਚ ਆ ਪਿੰਡ ਦਾ ਉਹਦੇ ਲਵੇ ਤਾਂ ਇਹਨੂੰ ਲੋਕ ਸਰਪੰਚ ਸਰਪੰਚ ਕਹਿਣ ਲੱਗ ਗਏ ਤਾਂ ਇਹਦਾ ਮੁੱਖ ਗੱਲ ਸੀ ਚੂੜਾ ਚਾੜਾ ਤਾਂ ਨਹੀਂ ਬਦਲਿਆ ਹੋਇਆ ਸੀ ਪਤਾ ਨਹੀਂ ਕੀ ਉਹਦਾ ਜਾ ਕੀ ਪਤਾ ਲੱਗਿਆ ਹੁਣ ਨਹੀਂ ਬਦਲਿਆ ਜਾਂਦਾ ਚੂੜਾ ਇੱਕ ਵਾਰੀ ਬਦਲਿਆ ਜਾਂਦਾ ਖਾਸੀਆਂ ਲੱਗੀਆਂ ਜਿਹੜਾ ਮੁੱਖ ਚ ਮਰੇਗਾ ਚੂੜੇ ਜਾਂ ਨਹੀਂ ਗਈ ਅੰਦਰ ਅੱਛਾ ਆ ਜਾ ਮਰੇ ਆਪ ਦੇਖੀ ਕੁਛ ਪਤਾ ਲੱਗਿਆ ਜੀ ਵੀ ਇਹ ਕਿਵੇਂ ਹੋ ਗਿਆ ਪਤਾ ਲੱਗਿਆ ਪੁੱਤ ਪਤਾ ਨੀ ਪੁੱਤ ਮੈਂ ਤਾਂ ਕਿਹੜੀ ਗਊ ਦੇ ਡੰਡਾ ਮਾਰਿਆ ਹੈ ਮੇਰਾ ਤਾਂ ਪਿੱਛੇ ਹੀ ਨੀ ਛੱਡਦੇ ਕੋਈ ਨਾ ਪਤਾ ਨੀ ਮੈਂ ਹੈਗੇ ਆ ਕੀ ਮਾਂ ਮਾਰਤੇ ਰੱਬ ਦੇ ਪੁੱਤ ਕੋਈ ਨਾ ਤਾਈ ਤਾਈ ਕੋਈ ਚੱਕਰ ਵਾਲੀ ਗੱਲ ਨੀ ਕੋਈ ਚੱਕਰ ਨੀ ਸਮਝ ਨਹੀਂ ਹੌਸਲਾ ਸਾਲਾ ਜੀ ਮੜਾ ਜਾ ਤੂੰ ਮੇਰੇ ਕੋਲ ਰਿਹਾ ਕਰ ਪੁੱਤ ਬੰਦਾ ਬੰਦੇ ਦੀ ਦਾਰੂ ਹੁੰਦਾ ਜੀ ਹੌਸਲਾ ਇੱਕ ਤਕੜਾ ਬੰਦਾ ਤਾਂ ਚਾਹੀਦਾ ਕੋਲ ਮੇਰਾ ਪੁੱਤ ਤਾਂ ਲਾਲਿਆ ਵਰਗਾ ਹੈ ਨਾ ਕੋਈ ਨਾ ਤੂੰ ਮੇਰੇ ਕੋਲ ਰਿਹਾ ਕਰ ਬਾਕੀ ਤਾਂ ਠੀਕ ਆ ਥੋੜਾ ਆ ਜ਼ਖਮ ਥੋੜਾ ਅੱਲਾਹ ਇਹ ਕਿਵੇਂ ਇਹ ਜੀ ਜ਼ਖਮ ਆ ਇਹਦੇ ਬਾਰੇ ਕੁਛ ਇਹਨਾਂ ਦੁਹਰਾ ਸਕਦੇ ਹੋ ਪਤਾ ਨਹੀਂ ਕੌਣ ਸੀ ਪੁੱਤ ਹੈ ਹਾਂ ਜੀ ਪਤਾ ਹੀ ਮਾਰੀ ਗਿਆ ਗੁੱਜੀਆਂ ਮਾਰੀਆਂ ਇੱਕ ਨੇ ਸਿਰੇ ਸਿਰ ਕੁੱਟਿਆ ਮੇਰੇ ਤਾਂ ਪੱਗ ਨੇ ਬਚਾ ਲਿਆ ਪੁੱਤ ਜੇ ਪੱਗ ਨਾ ਹੁੰਦੀ ਨਾ ਹਾਈ ਅੱਛਾ ਜੀ ਮੈਨੂੰ ਸਿਰ ਭਾਲ ਦਿੰਦਾ ਆਹ ਪੱਗ ਦੀ ਜੀ ਨਾ ਪੰਦਰ ਰੱਖ ਆ ਦਿਆ ਉਰੀ ਗਈ ਜੀ ਤਾਈ ਕੋਈ ਚੱਕਰ ਜੇ ਪਤਾ ਕੀ ਗੱਲ ਆਈ ਮੇਰੀ ਗੱਲ ਸੁਣੋ ਜੀ ਤਾਈ ਉਹ ਚੱਕਰ ਨਹੀਂ ਵਾਲਾ ਸਿਸਨੀ ਜਿਹੜਾ ਆ ਆ ਥੋੜਾ ਹੋਇਆ ਜ਼ਖਮ ਹੈ ਥੋੜਾ ਇਹਨੂੰ ਪਾਣੀ ਲੈ ਕੇ ਆ ਬੇਟਾ ਨੰਮਾ ਦੇ ਪੱਤੇ ਬਾੜ ਕੇ ਥੋੜੇ ਉਹ ਥੋੜਾ ਰੂਮ ਫੋਹਾ ਲਾ ਲਿਆ ਕਰੋ ਥੋੜਾ ਡੂੰਗਾ ਜ਼ਖਮ ਹੈ ਥੋੜਾ ਪਤਾ ਨਹੀਂ ਕੀ ਗਊਆਂ ਦੇ ਬਾੜਿਆਂ ਨੂੰ ਅੱਗ ਲਾਈ ਆ ਕੋਈ ਨਾ ਚੱਕਰ ਨਹੀਂ ਰੱਬ ਜਿਹੜਾ ਕੁਝ ਕਰਦਾ ਚਲੋ ਕਹਿਣਾ ਨਹੀਂ ਚਾਹੀਦਾ ਵਧੀਆ ਹੀ ਕਰਦਾ ਇਹ ਚ ਕੀ ਵਧੀਆ ਬੈਠਣ ਕਹਿੰਦੇ ਮੈਨੂੰ ਤਾਂ ਐਵੇਂ ਕੁਰਸੀ ਤੇ ਗਲਾ ਗੜਾ ਮੁੰਡ ਤਾਂ ਕੁਰਸੀ ਤੇ ਨਹੀਂ ਬੈਠਾ ਜਾਣਾ ਉਹ ਗੱਲ ਹੋ ਗਈ ਸਾਲਾ ਜੀ ਕਹਿੰਦੇ ਲੱਤ ਦਾ ਵਧਿਆ ਬਾਹ ਖੜੀ ਹੋ ਜਾਂਦੀ ਆ ਵਿਚਾਰੇ ਦੀ ਲੱਤ ਦੇਖ ਲੋ ਹੋ ਗਈ ਤੀ ਹਾਂ ਬੋਲ ਆ ਤੀ ਗੱਗੀ ਤਾਂ ਤੂੰ ਮੇਰੇ ਕੋਲ ਨਹੀਂ ਤੂੰ ਨਾ ਗੱਗੀ ਨੇ ਤਾਂ ਹੌਸਲੇ ਵਾਲਾ ਹੀ ਆਪਾਂ ਨੂੰ ਤਾਇਆ ਜੀ ਇਹਦਾ ਚੀਣ ਦੀ ਦੀਵਾਰ ਆ ਮੇਰਾ ਸਾਲਾ ਕਿਤੇ ਕੋਈ ਪਿੱਛੋਂ ਆ ਜਾ ਪੁੱਤ ਤੂੰ ਮੇਰੇ ਲਾਲ ਰਿਹਾ ਕਰ ਨਾ ਹੋਇਆ ਦੀ ਸਰਪੰਚ ਤਾਇਆ ਜੀ ਨੂੰ ਛੱਡਣ ਆਇਆ ਸੀ ਉਹਨੂੰ ਨਾ ਕਰੇ ਬੜਿਆ ਕਰੂ ਮੈਂ ਕਿਹਾ ਤੁਹਾਨੂੰ ਲੈ ਉਹ ਤਾਂ ਤਾਈ ਨੂੰ ਲੈ ਕੇ ਆਇਆ ਸੀ ਉਹ ਉਹੀ ਫੁੱਦੂ ਗੱਲਾਂ ਇਹ ਕਾ ਬੋਲਦਾ ਫੁੱਦੂ ਗੱਲਾਂ ਕੀ ਨੇ ਨਾ ਜੀ ਨਾ ਕੋਈ ਨਾ ਜਿਸ ਨਹੀਂ ਤਾਂ ਉਹ ਹੀ ਕਹਿ ਦਿੰਦਾ ਜੀ ਕੋਈ ਨਾ ਤੂੰ ਉਹ ਕਰ ਲੈ ਰਾਮ ਕਰ ਲੈ ਪੈ ਜਾ ਅੰਦਰ ਫੁੱਦੂ ਗੱਲਾਂ ਕੀ ਨੇ ਪੈਣ ਨਾ ਨਾ ਮੈਂ ਕੁਝ ਨਹੀਂ ਕਿਹਾ ਜੀ ਮੈਂ ਫੁੱਦੂ ਪੈਣ ਨੂੰ ਕਹਿੰਦਾ ਹੈ ਸਵਾਲ ਇਹਨੂੰ ਬੋਲਣ ਦਾ ਫਣ ਜਾ ਚੱਕਣਾ ਤੇਰਾ ਮੈਂ ਹੁਣ ਹਟਾ ਦੂੰਗਾ ਹੈ ਬੋਲ ਪੜਾ ਕਾ ਕੋਈ ਨਾ ਪੈਣ ਨੂੰ ਨਾ ਕਹਿੰਦੀ ਕੁਛ ਕੋਈ ਨਾ ਹਾਂ ਬੋਲ ਪੜਾ ਕਾ
ਕੋਈ ਚੱਕਰ ਨਹੀਂ ਯਾਰ, ਜ਼ਿਆਦਾ ਨਹੀਂ ਤੇਰੇ ਕੁਛ ਹੋਇਆ, ਠੀਕ ਹੈ ਨਾ, ਨੋਰਮਲ ਆ ਤੂੰ, ਜ਼ਿਆਦਾ ਕੁਆਲੀਫਿਕੇਸ਼ਨ ਕਰਨ ਦੀ ਲੋੜ ਨਹੀਂ ਤੈਨੂੰ। ਕੋਈ ਨਾ ਆਪਾਂ ਹੁਣ ਦੇਖ ਲੈਣਾ ਸਰੀਰਕ ਸਿੱਖਿਆ ਦੀ ਕਿਤਾਬ 'ਚ ਵੀ ਜ਼ਖਮ ਨੂੰ ਕਿਵੇਂ ਭਰਦੇ ਨੇਗੇ, ਮੁੰਡਾ ਸੀ ਕਚਹਿਰੀਆਂ ਚ ਵੱਡਿਆ ਦੇਖ ਵੀ। ਹੁਣ ਇਹ ਦੇਖੋ ਜੀ, ਤੁਸੀਂ ਵੀ ਸਿਆਣੇ ਹੋ, ਇਹ ਜਿਹੜਾ ਹੱਡ ਦਾ ਕੰਮ ਹੁੰਦਾ ਇਹ ਮਸੀਂ ਭਰਦਾ ਮੂਹਰੇ, ਸਿਆਲ ਆ ਜੂਗਾ, ਚਮਕਿਆ ਕਰੂਗਾ ਹੱਡ। ਉਹ ਕਹਿਣਾ ਨੀ ਸੁਣਿਆ ਤੁਸੀਂ ₹4500 ਬਚਿਆ, 500 ਤਾਂ ਮੈਨੂੰ ਦੇਤਾ ਦੀ ਚੀਕੂ ਵਾਲਾ, ਉਹ ਪੈਸੇ ਦੇ ਮੈਨੂੰ ਕੱਢ ਕੇ, ਮੈਂ ਤੇਰੇ ਖਾਤਰ ਪੰਜੀਰੀ ਰੜਾਵਾਂ ਬੱਕਰੇ ਦਾ ਚਾਰ ਪਾਈਏ। ਉਹ ਤਾਂ ਆਪ ਤੋਂ ਹੀ ਲੈ ਗਏ, ਲੈ ਕੇ ਕੁੱਟਣ ਵਾਲੇ ਪੈਸੇ ਤਾਂ ਖੋਣ ਆਏ ਪੁੱਤਰੇ, ਸਾਰੀ ਲੈ ਗਏ, ਕੁਛ ਨੀ ਛੱਡਿਆ। ਉਹ ਕਿੱਥੋਂ ਲੈ ਗਏ, ਉਹੀ ਗੱਲਾਂ, ਉਹ ਕਿੱਥੇ ਲੈ ਕੇ ਗਏ ਨੇ ਬੰਦੇ ਪੈਸੇ, ਲੈ ਗਏ ਪੁੱਤ ਤੈਨੂੰ ਕੀ ਪਤਾ, ਲੈ ਗਏ ਨਹੀਂ ਲੈ ਕੇ ਗਏ ਉਹ, ਲੈ ਪੁੱਤ ਮੈਂ ਕਹਿ ਰਿਹਾ ਮੈਨੂੰ ਆਪ ਪਤਾ ਨਹੀਂ ਲੈ ਕੇ ਗਏ, ਤੈਨੂੰ ਕਿਵੇਂ ਪਤਾ ਹੈ, ਤੈਨੂੰ ਕਿਵੇਂ ਪਤਾ, ਉਹ ਲੈ ਕੇ ਨੀ ਜਾ ਸਕਦੇ ਪੈਸੇ, ਅਗਲੇ ਨੇ ਕੀ ਕਰਨੇ ਹੋਣਗੇ ਪੈਸੇ, ਲੈਣੀ ਪੈਸੇ ਆਪਾਂ ਕਿਉਂ ਅਗਲੇ ਦੇ ਦੂਸਣ ਲਾਈਏ। ਨਹੀਂ ਪਤਾ ਕੀ ਗੱਲ ਤਾਂ, ਦੇਖ ਇਹ ਕੁੱਟਮਾਰ ਵਾਲਾ ਕੰਮ ਹੁੰਦਾ ਨਾ, ਕੁੱਟਮਾਰ ਜ਼ਿਆਦਾ ਵੱਡਾ ਕੰਮ ਨਹੀਂ ਹੁੰਦਾ, ਜਿਹੜੇ ਹੁਣ ਮਤਲਬ ਐਂ ਦੱਸ ਜਦੋਂ ਤੂੰ ਕੁੱਟਮਾਰ ਹੋਈ ਹਨਾ, ਬੜੂਆ ਬੜੂਆ ਕੁਛ ਹੋਵੇ ਜਾਂ ਉਹ ਡਿੱਗ ਗਿਆ ਹੋਣਾ ਹੈ ਨਾ ਕਰਕੇ ਕੁਛ, ਜੇ ਪੈਸੇ ਪੈਸੇ ਕੱਢ ਲੈ, ਹੋਰ ਕੁਛ ਤਾਂ ਲੈ ਕੇ ਕੁਛ ਨਾ, ਵਾਹ ਫਿਰ ਕੋਈ ਨਾ ਪ੍ਰੋਬਲਮ ਨਹੀਂ ਵੀਰੇ, ਕੋਈ ਚੱਕਰ ਨਹੀਂ, ਕੋਈ ਨਾ ਪੁੱਤ ਚੱਲ ਕੋਈ ਨਾ, ਗੱਗੀ ਗੱਗੀ ਹੈ, ਹਾਂ 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 ਬੋਲੋ, ਕੱਲ ਨੂੰ ਜਿੰਨੇ ਮਰਜ਼ੀ ਲੈ ਲਈ ਪੈਸੇ ਆਪਣੇ ਕੋਲ ਵਾਧੂ ਆ ਜਾਣਗੇ ਪੈਸੇ, ਹੈ ਨਾ ₹4500 ਜੇ ਹੈ ਨੀ ਗਾ, ਤੇਰੀ ਮਰਜ਼ੀ ਆ, ਕੋਈ ਨਾ ਵੀ ਐਫੜੀ ਤੜਾ ਲੈਨੇ ਆ ਤੇਰੀ, ਐਫੜੀ ਤੜਾ ਲੈਨੇ ਆ ਤੇਰੀ, ਜਿੰਨੇ ਮਰਜ਼ੀ ਲੈ ਲਈ ਤੂੰ ਐ ਕਰ, ਮੈਨੂੰ ਲਿਆ ਦੇ ਆਂਡੇ ਉਂਡੇ ਜੇ ਲਿਆ ਦੇ, ਹੱਡ ਭਰ ਜੂ ਥੋੜਾ ਜਾ, ਫਿਰ ਆਂਡੇ ਦਾ ਪੈਸੇ ਨੀ ਹੈਗੇ ਪੁੱਤ ਤੇਰੇ ਕੋਲੋਂ ਲਾ ਦੇ, ਕੱਲ ਨੂੰ ਲੈ ਲਈ ਜਿੰਨੇ ਮਰਜ਼ੀ ਲੈ ਲਈ ਹਨਾ ਗੱਗੀ, ਹਾਂ ਹਾਂ ਕੋਈ ਚੱਕਰ ਨੀ, ਕਿੰਨੇ ਕੁ ਵਜੇ ਸਾਢੇ 5 ਆਜੂਗਾ ਉਹਨੂੰ, ਸਾਢੇ 5 ਤੇ ਉਹ ਪ੍ਰਾਹੁਣਾ ਜੀ ਉਰੇ ਮੜਾ ਜਾ, ਤੇ ਮੈਂ ਆਂਦੀ ਮੈਨੂੰ ਉਹਦੇ ਹੋਰਾਂ ਵਾਲਾ ਕਰੀ ਜਾਂਦਾ ਹੁਣ ਅੱਗੇ ਦੇ ਆਉਂਦਾ ਮੈਂ ਫਿਰ ਦੇ ਆਉਣੇ ਆ, ਫਿਰ ਦੇ ਦਾਂਗੇ ਕੀ ਗੱਲ ਸੁਣੀ, ₹500 ਦੇ ਨਾਲ ਮੈਂ ਸਰਪੰਚ ਨੂੰ ਦੇਖ ਦਿਆ, ਹਜੇ ਦੇ ਦੂੰ ਕੋਈ ਨਾ, ਅੱਛਾ ਆਇਆ ਜੀ ਲੋ ਹਾਂ ਬਰਾਏ ਕਰਾਂ ਸ਼ਾਮ ਤੱਕ ਦੇ ਕੇ ਦੇ ਦਿੰਦੇ ਭਾਈ, ਕਰਾਉਂਗਾ ਜਮਾ ਚੰਦਾ ਕੋਈ ਨਾ, ਹਾਂ ਖੋਸਾ ₹500 ਦੇ ਦੇ, ਕੋਈ ਨਾ ਦੇ ਦੂੰਗਾ, ਇਸ ਜੁਲੇ ਕੇ ਦੂੰ ਮੇਰੇ ਲਈ ਇੱਥੇ ਨਹੀਂ ਹੈ ਗੱਗੀ, ਹਾਂ ਹੀ ਹਾਂ ਹੀ ਬੋਲੋ, ਆ ਗਿਆ ਮੈਂ, ਚੰਗਾ ਇਧਰਲੇ ਪਾਸੇ ਆਉਣਾ ਮੈਂ, ਆ ਜਾ ਮੈਂ ਲਾਇਆ ਇਹਦੀ, ਹਾਂ 4500 ਹੀ ਲਾਦਾ, ਹਾਂ ₹10 ਵੱਜ ਰਹੇ ਸੀ, ਕੋਲ ਤਾਂ ਮੈਂ ਢੋਲ ਸਾਬਣ ਜੀ ਮੰਗਾ ਲਾ ਤੂੰ, ਮੈਂ ਕਰ ਦੂੰਗਾ ਟਕੋਰ ਤੇਰੇ, ਕੋਈ ਚੱਕਰ ਨਹੀਂ, ਆਹ ਤੇਰਾ ਥੋੜਾ ਜਿਆਦਾ ਡੂੰਘਾ ਹੋ ਗਿਆ, ਬਾਕੀ ਤਾਂ ਕੋਈ ਨੋਰਮਲ ਹੀ ਹੈ ਤੇਰਾ, ਮੇਰੇ ਸਾਲ ਦਾ ਪਤਾ ਨਹੀਂ ਕਿਹੜਾ ਦੀ ਐ, ਪਹਿਲਾਂ ਤਾਂ ਪੁੱਠਾ ਮਾਰੀ ਗਿਆ ਮੁੱਠਾ, ਐ ਦੋ ਦਿਨ ਤਾਂ ਸਿੱਧੀਆਂ ਹੀ ਮਾਰ ਗਿਆ,
बाकी मैनू बलिए बढ़ाना जानी नी खाधी मैं खुराक पुरानी मखत्यार नू बढ़ाना जानी नी खाधी तर लग गया वजन जान लत्त ते हैं ठीक है कम होता खड़ा नमी स्यापा सड़ गया दी गल दा चल इसरा चंगा बचत रहेगी कल नू खलाया वा कहिंदा सी दलवीरा कहिंदा लै जूंगा मैं सारू वाले भी खलाएगा ओ उसे तो खलाया वा के बढ़ दूंगा हां हैं और आ ना हरे खोली ए ता ठीक है ए ता मैं बंद की है मौसम गिरकणी वाला हो जांदा अज्ज दलवीरा ही कहिंदा कहिंदा खोली ना जे मदा ता नहीं खोली नहीं मदा उनू मारदा खोल के हूं ता दलवीरा बंदा वधिया नहीं मैं देख लिया क्यों की होया ना तैनू दो दिन रख नहीं सकया चक के मरया दूए दिन इथी बंदे बड़ी बहुत हवा चली खा लिया करी बने आ गए बंक च के ना है सवाह होने जी बैंक च ओ नहीं कुछ आउंदा ओदा गए खूह खाते तेरा 4500 क्यों भाई मैं ता तेनू ओदी टोकदा सी मां फिर तू कहेगा मैनू टोकी जांदा स्याणे बंदे करके नहीं मैं नहीं पैसे जमा ही नहीं किधर भागे गए खूह खाते जे तू दसी ना डुब गए ओदा तेनू एहे जी रह केड़ा गंजा नंबर नहीं आया अपना नहीं आया नंबर ता पाते आले ने गुरु हुण तेनू बंदे ने दस्या दी जमा ਇਹੋ ਜਿਹੇ ਕਿਹੜੇ ਕੰਜਰ ਨੇ ਹੈਗਾ ਹੈਗਾ ਜਮਾ ਪੱਕਾ ਨਹੀਂ ਤਾਂ ਐ ਐ ਫੜਦਾ ਕਹਿੰਦਾ ਸਾਤਾ ਬਣੂ ਸਵਾ ਤੂੰ ਤਾਂ ਆ ਨਾ ਕਿਸੇ ਦੇ ਮਗਰ ਲੱਗਿਆ ਕਰ ਜੇ 2 ਰੁਪਏ ਹੈਗੇ ਨੇ ਤਾਂ ਸਾਂਭ ਲਿਆ ਕਰ ਕੰਮ ਆਉਣਗੇ ਤੇਰੇ ਆ ਦੇਖ ਲੈ ਗੁਜਰਾਂ ਦਾ ਬਾਣੀਆਂ ਸੀ 4 ਗੱਡੀਆਂ ਸੀ ਉਹਦੇ ਲਵੇ ਕਹਿੰਦੀ ਕਹੁੰਦੀ ਕੋਠੀ ਸਾਰਾ ਕੁਝ ਮੁੱਦਾ ਮਾਰ ਲਿਆ ਆਹੀ ਲਾਉਂਦਾ ਦਿਓ ਵੀ ਸੱਠੇ ਸੁੱਠੇ ਜੇ ਕੁਝ ਨਹੀਂ ਆਉਂਦਾ ਆਪਾਂ ਨੂੰ ਕੁਝ ਨਹੀਂ ਆਉਂਦਾ ਉਹਦਾ ਕਹਿੰਦਾ 5 ਲੱਖ ਆ ਜੂ ਕਿਤੇ ਹੋਰ ਨਾ ਆ ਜੇ ਫਿਰ ਅਗਲਾ ਮੈਨੂੰ ਬੋਰਾ ਨਾ ਚਕਾ ਦਿੰਦਾ ਗੱਲਾਂ ਦੇਖ ਲੈ ਕਹੀਆਂ ਕਰਦਾ ਤੂੰ ਤੂੰ ਸਿਆਣਾ ਪੈਣਾ ਹੈਗਾ ਤੂੰ ਕਹਿਣੂ ਕਿਸੇ ਦੇ ਮਗਰ ਲੱਗਦਾ ਹੁੰਦਾ ਇਹੋ ਜਿਹਾ ਕੁਛ ਨਾ ਕਰਿਆ ਕਰ ਚੱਲ ਜਾਵਾ ਫਿਰ ਮੈਂ ਹੁਣ ਭਗ ਜਾ ਮੈਂ ਜਾ ਕੇ ਆਉਣਾ ਸ਼ਹਿਰ ਜੇ ਕੁਛ ਲਿਆਉਣਾ ਤਾਂ ਮੈਨੂੰ ਦੱਸ ਦੇ ਭਗ ਜਾ ਮੈਨੂੰ ਨਹੀਂ ਲੋੜ ਆਹ ਤੈਨੂੰ ਕਾਹਨੂੰ ਲੋੜ ਦੇਖ ਲਾ ਨੰਬਰ ਦੇਖ ਲਾ ਦੁਬਾਰੋ ਆ ਦੇਖ ਲੈ ਮੈਂ ਚੈੱਕ ਕਰ ਕੀ ਆਇਆ ਇਹਦਾ ਨਹੀਂ ਕਦੇ ਤੂੰ ਹੀ ਖਾ ਗਿਆ ਮੈਂ ਖਾ ਕੇ ਕੀ ਕਰੂੰ ਮੇਰੇ ਲਈ ਪਹਿਲੀ ਬਥੇਰਾ ਕੁਛ ਹੈ ਹੁਣ ਤੇਰੇ ਰੁਪਈਆਂ ਦੇ ਬੈਠਾ ਮੈਂ ਚੱਜ ਦੀ ਰਾਇ ਦੇ ਤੈਨੂੰ ਤਾਂ ਬੰਦਾ ਜੁਬਨ ਲੱਗ ਜਾਂਦਾ ਡੋਬਦਾ ਗੱਡੀ ਨੇ ਬਈ ਮੈਂ ਤਾਂ ਹੈ 4500 ਦੀ ਮੇਰੇ ਹਾਲੇ ਨੂੰ ਉਹ ਵੀ ਲਵਾ ਤਾ ਮੇਰਾ ਤਾਂ ਉਹ ਵੀ ਗਿਆ ਖੂਹ ਖਾਤੇ ਸਤਿ ਸ਼੍ਰੀ ਅਕਾਲ ਆਦੀ ਸਤਿ ਸ਼੍ਰੀ ਅਕਾਲ ਹੈ ਤੂੰ ਚੰਗੀ ਕਰੀ ਮੇਰੇ ਨਾਲ ਹੋਵੇ ਕੀ ਹੋ ਗਿਆ ਹੈ ਕੀ ਹੋ ਗਿਆ ਮੈਂ ਨੁਕਸਾਨ ਕਰਾਤਾ ਮੇਰਾ ਤਾਂ ਮੈਂ ਕੀ ਕਰਾਇਆ ਮੈਂ ਸਾਰੇ ਪੈਸੇ ਲਾਇਆ ਡੁੱਬ ਗਏ ਭੈਣ ਦਾ ਨੰਬਰ ਹੀ ਨਹੀਂ ਆਇਆ ਆਇਆ ਨਹੀਂ ਕਿੱਥੇ ਆਇਆ ਕੁਛ ਨਹੀਂ ਆਇਆ ਸਾਲਾ 1 ਰੁਪਿਆ ਨਹੀਂ ਆਇਆ ਨਾਲੇ 4500 ਗਿਆ ਮੈਂ ਪੈਨਸ਼ਨ ਲੈ ਕੇ ਆ ਦੀ ਤਾਂ 9 ਮਹੀਨਿਆਂ ਦੀ ਇਕੱਠੀ ਕਰਕੇ ਸਾਲਾ 1 ਦਿਨ 'ਚ ਲਵਾ ਦੇ ਦਿੱਤਾ ਬਾਈ ਮੇਰੇ ਇਹਦਾ ਕੰਮੇ ਵਾਲਾ ਬੇਕਾਰ ਹੈ ਹੈਂ ਤੈਨੂੰ ਕਿਵੇਂ ਪਤਾ ਲੱਗਿਆ ਵੀ ਖਾਲੀ ਨਿਕਲ ਗਿਆ ਮੈਂ ਦਿਖਾਇਆ ਸਰਪੰਚ ਉਹ ਤਾਂ ਫੋਨ 'ਤੇ ਦਾ ਦੇਖ ਕੇ ਉਹ ਦਸਾਵਰ 'ਚ ਦੇਖੇ ਉਹਨੇ ਹੈ ਹੀ ਨਹੀਂ ਕੁਛ
ਹਾਂ ਨਾ ਮੁੰਡਾ ਨਾ ਕੁੜੀ ਕੁਛ ਨਹੀਂ ਆਇਆ ਦੋ ਮੁੰਡੇ ਦਾ ਗਿਆ ਹਾਂ ਦੋ ਮੁੰਡਾ ਗਿਆ ਸੀ ਦੋ ਹਾਂ ਆਈ ਨਹੀਂ ਕੁਛ ਮੇਰੇ ਤਾਂ ਪੈਸੇ ਡੁੱਬ ਗਏ ਹੁਣ ਕੌਣ ਦੂ ਮੇਰੇ ਪੈਸੇ ਦੱਸ ਭਾਈ ਕੌਣ ਭਰੂ ਮੇਰੇ ਪੈਸੇ ਮੈਨੂੰ ਤਾਂ ਕੀ ਪਤਾ ਹੁਣ ਹੋਰ ਕਿਹਨੂੰ ਪਤਾ ਲਵਾਏ ਤਾਂ ਤੈਨੇ ਅਖੇ ਕਹਿੰਦਾ ਮੁੰਡਾ ਸੱਪ ਕਹਿੰਦਾ ਸੱਤ ਬਣ ਗਿਆ ਲੱਤ ਦੋ ਮੁੰਡੇ ਚੱਡੇ ਦਾ ਜੀਰੋ ਬਣ ਗਈ ਉਈ ਬਣਾ ਤਾ ਤਾਂ ਬਾਈ ਮੈਨੂੰ ਤਾਂ ਗੱਲਾਂ 'ਚ ਭੰਬੋਲਿਆ ਹੋ ਗੱਗੀ ਇੱਧਰ ਦੇਖ ਨਮੋਟ ਹੋ ਗਿਆ ਉਹਦਾ ਨਮੋਟ ਹੈਂ ਨਮੋਟ ਹੋ ਗਿਆ ਹੈਂ ਨਮੋਟ ਹੋ ਗਿਆ ਹੈਂ ਨਮੋਟ ਹੋ ਗਿਆ ਹਾਂ ਨਮੋਟ ਹੋ ਗਿਆ ਨਮੋਟ ਈ ਭੈਣ ਦਾ ਮਰਾ ਗਿਆ ਕੀ ਹੋ ਗਿਆ ਜਿਹੜਾ ਦੋ ਮੁੰਡਾ ਸੀਗਾ ਹਾਂ ਕਿਹਾ ਸੀ ਜਿਹੜਾ ਦੋ ਮੁੰਡਾ ਹਾਂ ਇੱਕ ਮੁੰਡਾ ਹੋਇਆ ਨਹੀਂ ਹੈਗਾ ਖਾਲੀ ਨਿਕਲ ਗਿਆ ਕੰਮ ਤੂੰ ਮੈਨੂੰ ਸੁਪਨਾ ਗਲਤ ਦੱਸਿਆ ਗਾ ਜਿਹੜਾ ਤੂੰ ਮੈਨੂੰ ਕਿਹਾ ਸੀ ਸੱਪ ਸੱਪ ਕਿਹੜਾ ਦੱਸਿਆ ਨਹੀਂ ਤਾਂ ਮੈਨੂੰ ਕਿੱਡਕ ਪੁੱਟਦਾ ਸੀ ਹੱਥ ਬਣਾ ਲਾ ਚਲੋ ਠੀਕ ਹੈ ਹੁਣ ਤਾਂ ਲੋੜ ਨਹੀਂ ਭਾਈ ਹੈ ਨਾ ਤੇਰੇ ਨਮੋਟਾਂ ਦੀ ਲੋੜ ਹੈ ਨਾ ਤੇਰੇ ਮੈਨੂੰ ਮੁੰਡਿਆਂ ਦੀ ਲੋੜ ਹੈ ਨਾ ਕਿਸੇ ਹੋਰ ਦੀ ਲੋੜ ਹੈ ਮੈਂ ਠੀਕ ਹਾਂ ਮੇਰੇ ਹਾਲ 'ਤੇ ਮੈਨੂੰ ਰਹਿਣ ਦੇ ਹੈ ਆਹ ਮਸਾ 3 ਮਹੀਨਿਆਂ ਬਾਅਦ ਕਿਹੜਾ ਕੇ ਲੈ ਆ ਪੈਸੇ ਫੇਰ ਸਾਰੇ ਡਬੋ ਤੇ ਬਾਈ ਉਹ ਮੈਂ ਤੇਰੇ ਭਲੇ ਨਹੀਂ ਸੋਚਿਆ ਮੈਂ ਖਾ ਲੈਂਦਾ ਪੰਜੀਰੀ ਖਾ ਲੈਂਦਾ ਹੱਡ ਦਾ ਭਰਦਾ ਮੇਰਾ ਆ ਹੁਣ ਸਾਲਾ ਕੱਲ੍ਹ ਨੂੰ ਆ ਵਧਾ ਕੇ ਲਿਆਉਣਾ ਪਲਸਤਰ ਇਹਦੇ ਪੈਸੇ ਦਊਂਗਾ ਮੈਂ ਕਿੱਥੋਂ ਦਊਂਗਾ ਕੋਈ ਇਹਨਾਂ ਦਾ ਮਹੀਂ ਵੱਢ ਦੂੰ ਕਰੇ ਕੋਈ ਚੱਕਰ ਨਹੀਂ ਠੀਕ ਆ ਹੁਣ ਵਗ ਜਾ ਭਾਈ ਵਗ ਜਾ ਪਤਾ ਕੀ ਹੋ ਗਿਆ ਮੈਨੂੰ ਐਂ ਲੱਗਦਾ ਵਗ ਜਾ ਮੇਰੀ ਗੱਲ ਤਾਂ ਸੁਣਾ ਜਿਹੜਾ ਨਮੋਟ ਹੋਇਆ ਗਾ ਇਹਦੇ ਸੁਪਨੇ ਦੇ ਵਿੱਚ ਜਿਹੜਾ ਤੂੰ ਉਹਨੂੰ ਸੱਪ ਕਿਹਾ ਸੀਗਾ ਜੇ ਤਾਂ ਹੁਣ ਐਡਾ ਹੁੰਦਾ ਸੱਪ ਫਿਰ ਤਾਂ ਸਾਤਾ ਬਣਨਾ ਦੀ ਉਹ ਪੂਰਾ ਤੂੰ ਐਂ ਕਰਿਆ ਜਦੋਂ ਐਡਾ ਕੋਇਆ ਸੱਪ ਸਾਤਾ ਨਹੀਂ ਬਣਿਆ ਉਹ ਇੱਕ ਚਮੁੰਡਾ ਰਹਿ ਗਿਆ ਉਹ ਵਗ ਜਾ ਸਿਰਾ ਮੈਂ ਤਾਂ ਵਗ ਜਾਂਦਾ ਮੈਨੂੰ ਕੋਈ ਚੱਕਰ ਨਹੀਂ ਭਲਾਈ ਦਾ ਜ਼ਮਾਨਾ ਨਹੀਂ ਗਿਆ ਵਗ ਜਾ ਜ਼ਮਾਨਾ ਮੈਂ ਗੱਲ ਦੱਸਦਾ ਤੈਨੂੰ ਇੱਕ ਮੁੰਡਾ ਦੀ ਮੇਰੇ ਨਾਲ ਇੱਕ ਖੜਿਆਲ ਦਾ ਮੈਨੂੰ ਕਹਿੰਦਾ ਕੰਮ ਚੱਲ ਕੇ ਆਉਣਾ ਮੈਂ ਬਾਕੀ ਚੱਲਾਂ ਕੋਈ ਚੱਕਰ ਵਾਲੀ ਗੱਲ ਨਹੀਂ ਅਤੇ ਉਹ ਥੋੜ੍ਹਾ ਬੀੜੀ ਬੱਤੀ ਵਾਲਾ ਸੀਗਾ ਯਾਰੀਆਂ 'ਚ ਖੜਨਾ ਪੈਂਦਾ ਕੂਲਰ ਖੋਲ ਲਿਆਂਦਾ ਸੀ ਨੇ ਪਤਾ ਨਹੀਂ ਲੱਗਿਆ ਮੈਨੂੰ ਵੀ ਥੋੜ੍ਹੇ ਉਹਦੇ ਥੋੜ੍ਹਾ ਹੈਗਾ ਸੀ ਮੇਰਾ ਕੰਮ ਜਿਹਾ ਅੰਡਰਗਰਾਊਂਡ ਸਿਸਟਮ ਆ ਅਤੇ ਕੂਲਰ ਖੋਲ ਕੇ ਲੱਦ ਲਿਆ ਮੈਂ ਅੱਛਾ ਲੱਦ ਕੇ ਕੂਲਰ ਮੈਂ ਦੱਸੀ ਨਾ ਇਸ ਨੂੰ ਕੂਲਰ ਭੇਜਤਾ ਸੀ ਦੋ ਦਿਨ ਕੂਲਰ ਭੇਜ ਕੇ ਬਾਣੇ ਨੂੰ ਪਤਾ ਲੱਗ ਗਿਆ ਮੇਰਾ ਠੀਕ ਹੈ ਨਾ ਬਾਣੇ ਨੂੰ ਪਤਾ ਲੱਗ ਗਿਆ ਮੈਂ ਮੂੰਗੀ ਛੋਲੇ ਦੇ 20 ਰੁਪਏ ਦੇ ਦਾਲ ਹੀ ਕਰਨੀ ਸੀ ਬਾਣੇ ਨੇ ਹੋਰ ਤਾਂ ਕੋਈ ਉੱਥੇ ਆਇਆ ਨਹੀਂ ਡਰਾਈਵਰੀ ਮਾਰੀ ਮੇਰੇ ਉਹਦੇ ਗੜ 'ਚ ਅੱਜ ਵੀ ਚਟਾ ਕਮਰੇ ਨਾ ਕੋਈ ਚੱਕਰ ਨਹੀਂ ਮੈਂ ਨੋਟ ਗਿਵਨ ਓਕੇ ਠੀਕ ਹੈ ਨਾ ਫਲਾਕਸ ਹੋ ਗਿਆ ਮੈਂ ਇਹਤੋਂ ਬਾਅਦ ਮੈਂ ਉਹਨਾਂ ਨੂੰ ਬਾਣੀ ਨੂੰ ਪਤਾ ਕੀ ਕਿਹਾ ਮੈਂ ਜਿਹੜਾ ਤੁਸੀਂ ਪੈਪ ਨਾ ਕੁੱਟਿਆ ਸੀ ਮੈਨੂੰ ਕਹਿੰਦੇ ਹਾਂ ਮੈਂ ਕਿਹੜਾ ਤੀ ਉਹ ਕਹਿੰਦਾ ਡਰਾਈਵਰ ਹੀ ਤੀ ਮੈਂ ਕਿੰਨੀ ਇੰਚੀ ਤੀ ਕਹਿੰਦਾ ਇੰਨੀ ਔਰ ਮੈਂ ਸੌ ਬਣਾਇਆ ਕਹਿੰਦਾ ਕਿ ਮੈਂ ਡਰਾਈਵ ਦਾ ਆਠਾ ਬਣ ਗਿਆ ਕੁਦਰਤੀ ਉਹਨਾਂ ਦੀ ਕੁੜੀ ਹੋਈ ਪਰਸੋਂ ਚੌਥੀ ਗੱਲ ਤੋਂ ਬਾਅਦ ਉਹਦਾ ਨਾਮ ਸੀਗਾ ਬਿਆਂਤ ਬਿਆਂਤ ਦਾ ਕੀ ਬਣ ਗਿਆ ਬੀ ਬਾਬਾ ਕੋਈ ਨਾ ਬੀ 8 ਬੀ ਉਹਨੂੰ ਦੇਖਦਾ ਸੀਗਾ ਕੱਚਾ ਨਹੀਂ ਰਿਹਾ ਮੁੰਡਾ ਪੱਕਾ ਹੋ ਗਿਆ ਜੀ ਚਾਹ ਚੂ ਖਾ ਪੀ ਲੈ ਜਾ ਕੇ ਜਾ ਹੈ ਚਾਹ ਚੂ ਪੀ ਲੈ ਪੁੱਤ ਜਾ ਚਾਹ ਦਾ ਪੀ ਲੈ ਸੌ ਜਾ ਕਰ ਟਾਈਮ ਨਾਲ ਮੈਨੂੰ ਐਂ ਲੱਗਦਾ ਤੇਰੇ ਬਾਜਣ ਬੁਜਣ ਪਿਆ ਹੋਇਆ ਪੁੱਤ ਦਿਮਾਗ ਦੇ ਹੈ ਸੌ ਜਾ ਕਰ ਟਾਈਮ ਨਾਲ ਹੋਰ ਖਾ ਪੀ ਲਿਆ ਕਰ ਟਾਈਮ ਨਾਲ ਠੀਕ ਆ ਓਕੇ ਗੱਗੀ ਆ ਮੈਂ ਹਾਂ ਮੈਨੂੰ ਪਤਾ ਓਕੇ ਹਲੇ ਜਵਾਨੀ ਆ ਪੁੱਤ ਤੇਰੇ ਤੇ ਠੀਕ ਹੈ ਹਨਾ ਖਾ ਪੀ ਲਿਆ ਕਰ ਟਾਈਮ ਨਾਲ ਸੌ ਜਾ ਕਰ ਠੀਕ ਹੋ ਜਾਏਗਾ ਹੋ ਜਾਏਗਾ ਠੀਕ ਜਾ ਵਗ ਜਾ ਗੱਗੀ ਆ ਹੋਰ ਜਸਨੀਤ ਕਿਵੇਂ ਹੋ ਠੀਕ ਹਾਂ ਮੈਂ ਵਧੀਆ ਵਧੀਆ ਚੱਲ ਰਿਹਾ ਹੋਰ ਚਲੋ ਸਨੀ ਲਾ ਕੇ ਕਰਨਾ ਹੈ ਹੋਰ ਨਾਲੇ ਇੱਥੋਂ ਉੱਠ ਜਾ ਮੈਂ ਡੰਗਰ ਬੰਨਣੇ ਨੇ ਕੋਈ ਨਾ ਬੰਨ ਨਹੀਂ ਗੱਗੀ ਕਿੱਥੇ ਆ ਗੱਗੀ ਤਾਏ ਕੋਲ ਗਿਆ ਅੱਛਾ ਅੱਜ ਬਿਊਟੀਫੁੱਲ ਲੱਗ ਰਹੇ ਥੈਂਕ ਯੂ ਗੱਲ ਕੀ ਆ ਹੈ ਅੱਜ ਬੜਾ ਪਿਆਰ ਜਿਤਾ ਰਹੇ ਕੀ ਗੱਲ ਹੈ ਨਹੀਂ ਬਸ ਬਹਿ ਜੀ ਅੱਜ ਵਧੀਆ ਮੌਸਮ ਜਿਹੜੀ ਵਧੀਆ ਹੈਗਾ ਹੈ ਵਧੀਆ ਮੌਸਮ ਆ ਅੱਛਾ ਚਲ ਉੱਠ ਜਾ ਮੈਂ ਇੱਥੇ ਡੰਗਰ ਬੰਨਣੇ ਨੇ ਕੋਈ ਨਾ ਬਹਿ ਜਾ 2 ਮਿੰਟ ਸਰਪੰਚ ਫਿਰ ਆਇਆ ਨਹੀਂ ਹੈਗਾ ਹੁਣ ਨਾ ਹੈ ਆਇਆ ਤਾਂ ਹੈਗਾ ਦੀਗਾ ਉਹ ਤਾਂ ਤਾਈ ਨੂੰ ਛੱਡਣ ਆਇਆ ਸੀ ਚਲ ਕੋਈ ਨਾ ਫਿਰ ਉਸ ਨੇ ਉਹਦਾ ਗੱਗੀ ਗਿਆ ਹੋਇਆ ਸੱਚੀ ਹਾਂ ਤਾਈ ਕੋਲ ਤਾਈ ਲੈ ਵੀ ਚਲ ਉੱਠ ਮੈਂ ਡੰਗਰ ਬੰਨਣ ਤੇ ਕੋਈ ਨਾ ਬੰਨ ਲਾ ਬਹਿ ਜਾ ਬੰਦਾ ਨਾਲੇ ਮੌਸਮ ਵਧੀਆ ਹੋ ਰਿਹਾ ਮੈਂ ਡੰਗਰ ਬੰਨ ਲਾ ਫਿਰ ਮੈਨੂੰ ਘੁਮਾ ਲਿਆ ਕਿਤੇ ਹਾਂ ਘੁਮਾ ਲਿਆ ਚਲ ਉੱਠ ਫਿਰ ਹਾਂ ਚਲ ਉੱਠ ਹਾਂ ਹੋਰ ਠੀਕ ਹੋ ਹਾਂ ਵਧੀਆ ਹੋਰ ਮੈਂ ਕੀ ਕਰੀ ਜਾਣਾ ਮੈਂ ਕੀ ਕਰਨਾ ਮੈਂ ਕੀ ਕਰਨਾ ਕੁਝ ਨਹੀਂ ਕਰਦਾ ਕੰਮ ਕਰ ਲੈਂਦੇ ਮੈਨੂੰ ਨਾ ਨਾ ਕੁਝ ਨਹੀਂ ਕਰਦਾ ਆ ਕੀ ਆ ਕੁਝ ਨਹੀਂ ਕਰਦਾ ਮੈਂ ਤੈਨੂੰ ਹੋਇਆ ਕੀ ਆ ਮੈਨੂੰ ਅਭਿਆਨ ਨੇ 3 ਵਾਰੀ ਸਨਮਾਨਿਤ ਕਰਤਾ ਵੀ ਮੈਂ ਕਾਂ ਤੋਂ ਕੁੱਟਦਾ ਮੈਨੂੰ ਕੁੱਟਦਾ ਕਿਵੇਂ ਹੋ ਜੀ ਆ ਕੀ ਹੋ ਰਿਹਾਗਾ ਇਹਦਾ ਚੁੱਕ ਪੈ ਗਈ ਸੀ ਜੀ ਇਹਦੇ ਇਹ ਤਾਂ ਚੁੱਕ ਪੈ ਗਈ ਸੀ ਜਸਨੀਤ ਦੇ ਅੱਛਾ ਹਾਂ
चुक पे अंदर पै जो स्कूलो आया दोपहर मेरे पापा मेरी भैन लड़न लग रही दूध मैं हो रही नहीं बोलिया भाई बनी पी गया कबूतर उन्ना पाया ठीक है आप ग्राउंड जाने गए ठीक है तो मेरे पापे ने ना जो थोड़ा उत्तों की फोन लगे कम मैं पता की करें मैं आपे पर मैं चुक करता सी जी डीपी मैडम लगे मैं गया उन्होंने भी आपसी रंजस होगी मेरी मैडम ने पता की कहा मैं तुरिया कुड़ी कहीं मेरी सिस्टर गुरुद्वारा रोटियां दुद्ध पाता ठीक है ते रोटियां जो दुद्ध ही पाती पूजा कराई नॉर्मल वे है बाबे संस्कार कर दिया पूजा कराई वाली महां बाप आ गया ठीक है ना मेरे पापे ने मेरी भैन कुछ बोला मैं कोई चक्कर वाली गाली मेरी मम्मी बोलन लग गई मैं मम्मी ने आख्या मम्मी आख्या मैं उड़े मम्मी उड़ाई उड़े दा क्यों जी क्यों मई पुछे क्यों क्यों कहीं क्यों उन्हें भी क्यों कहा मैं तू अपनी कुड़ी की बाह छोड़ी थी पर मैं चुक करता थी तू तो चुक करता थी तू चुक करता थी मैंने पता तू चुक करता है पर मैं पता है जो बाह छोड़ देगा मेरे अंदर होता कुछ है ना बाह ना छोड़ी मैं नहीं मछोड़ी तो चुक करता चुक मुद्दी पा के कडो अंदर ले आके कडो मेरी भैन चुक डॉक्टर से ले जा है तू कह तू तेरे भी चुक पे नहीं मैं कर दिना मैं ताए लेवे नहीं Mm-hmm.